वालेकुम मैं सैयद शाहजेब हमारे पंजाबी के शायर हैं जनाब अनवर मसूद साहब उनकी एक पंजाबी की नज़म है बड़ी ज़बरदस्त नूँ तो सस की लड़ाई उसका अनुमवान है पिट से आपा ज़रा सुने सस कहदी नूह नू कि तू जेड़ी भी गल कर दी हैं वो डाडी तत्ती कर दी हैं तू जेड़ी भी गल कर दी हैं डाडी तत्ती कर दी हैं बुढड़ी माई की आखे तू एक दियाँ छत्ती कर दी है। ਕੀ ਤਕਿਆ ਤੇ ਕੀ ਤਕਣਾ ਏ ਕਿਸੇ ਕੂੜੀ ਦੁਨੀਆ ਫਾਨੀ ਦਾ ਇਕ ਤੇਰਾ ਹੱਟ ਜਨਾਨੀ ਦਾ ਮਉਣ ਐਡਾ ਮਾਨ ਜਵਾਨੀ ਦਾ ਨਹੀਂ ਤੈਨੂੰ ਖੋਫ ਬਜ਼ੁਰਗਾਂ ਦਾ ਨਹੀਂ ਤੈਨੂੰ ਦੀਦ ਭਰਾਵਾਂ ਦੀ ਪਾਖੀ ਸੁਰਮਾ ਸ਼ਰਮਾਂ ਦਾ ਲਾ ਸਰਖੀ ਕੁੜੇ ਹਿਆਵਾਂ ਦੀ ਨਾ ਤੇਰੀ ਕੰਨੀ ਕਾਂਟੇ ਨੇ ਨਾ ਤੇਰੀ ਬਾਹੀ ਚੂੜੇ ਨੇ ਤੇਰਾ ਜ਼ੇਵਰ ਸਰਖੀ ਪਾਊਡਰ ਏ ਤੇਰੇ ਸਬੇ ਫੈਸ਼ਨ ਕੁੜੇ ਨੇ ਉਨੂੰ ਜਵਾਬ ਦਿੰਦੀ ਏ ਸੱਸ ਨੂੰ ਕਿ ਕਦੀ ਸੁਰਮਾ ਤੈਨੂੰ ਚੁਬਦਾ ਏ ਕਦੀ ਮੇਰਾ ਸਵੰਦ ਆ ਲੜਦਾ ਏ ਕਦੀ ਸੁਰਮਾ ਤੈਨੂੰ ਚੁਬਦਾ ਏ ਕਦੀ ਮੇਰਾ ਸਵੰਦ ਆ ਲੜਦਾ ਏ ਤੂੰ ਤੇ ਇੰਜੇ ਵਡਣ ਪੈਂਦੀ ਏ ਜਿਵੇਂ ਤੇਲ ਜੂਹਾਂ ਦਾ ਲੜਦਾ ਏ ਕੀ ਸੁਣਦੇ ਗਿੰਦੇ ਆਖਣਗੇ ਲੱਖ ਲਾਨਤ ਜਿਹਾਂ ਖਿਆਲਾਂ ਤੇ ਕਦੀ ਟੋਕਾਂ ਹੈਣ ਕਲਿੱਪਾਂ ਤੇ ਕਦੀ ਮੇਰੇਆਂ ਖੁੱਲਿਆਂ ਵਾਲਾਂ ਤੇ ਤੇਰਾ ਚੱਤਾ ਐਡਾ ਪੱਕਾ ਏ ਜਿਵੇਂ ਵਹਿਰ ਵਾਹABI ਸੁੰਨੀ ਦਾ ਹਰ ਵੇਲੇ ਮੇਣਾ ਬੁਰਕੇ ਦਾ ਹਰ ਵੇਲੇ ਝਗੜਾ ਚੁੰਨੀ ਦਾ ਇਹ ਮੇਰਾ ਧਨ ਕਲੇਜਾ ਏ ਜਿਉ ਮੇਰੀ ਮਿੱਟੀ ਮਿੰਦੀ ਏ ਹੱਥ ਪਾ ਕੇ ਮੇਰੇ ਪੱਲੇ ਨੂੰ ਤੂੰ ਸਾਰੀਆਂ ਤੰਦਾ ਗਿੰਦੀ ਏ ਇੰਨੇ ਦਿਹਰੇ ਚ ਨਾ ਹੀ ਕਮਸਾਈ ਆ ਜਾਂਦੀ ਏ ਗਵੰਡਣ ਤੇ ਉਹਨੂੰ ਸਾਰੇ ਵਾਕਿਆ ਦਾ ਪਤਾ ਹੁੰਦਾ ਪਰ ਉਹ ਚਸਕਾ ਲੈਣੇ ਵਾਸਤੇ ਪੁੱਛਦੀ ਏ ਕਿ ਭੈਣ ਕੀ ਹੋਇਆ ਤੇ ਨੂੰ ਉਹਦੇ ਹੱਥ ਇਸ਼ਾਰਾ ਕਰਕੇ ਕਹਿੰਦੀ ਏ ਕਿ ਮੇਰੇ ਨਾਲ ਮੁਤਕਾ ਲਾਂਦੀ ਏ ਇਹਨੂੰ ਵੇਲ ਜਦੋਂ ਵੀ ਮਿਲਦੀ ਏ ਮੇਰੇ ਨਾਲ ਮੁਤਕਾ ਲਾਂਦੀ ਏ ਇਹਨੂੰ ਵੇਲ ਜਦੋਂ ਵੀ ਮਿਲਦੀ ਏ ਫਫੇ ਕੁੱਟਣ ਕਹਿੰਦੀ ਏ ਕਿਉਂ ਆਟਾ ਗੁੰਦੀ ਹਿਲਦੀ ਏ ਕਿਉ ਮੈਨੂੰ ਟੋਕਾਂ ਕਰਦੀ ਏ ਇਹ ਬੁੱਢੀ ਅਜੇ ਅਝਾਣੀ ਏ ਇਸ ਆਪਣੀ ਗੋਰੇ ਪਹਿਣਾ ਏ ਮੈਂ ਆਪਣੀ ਕੀਤੀ ਪਾਣੀ ਏ ਕਈ ਜੋਕ ਵੱਲੀ ਚਮੜੀ ਏ ਨਾ ਡਰਦੀ ਏ ਨਾ ਮਰਦੀ ਏ ਨਿਤ ਨਵੇਂ ਟੰਡੋਰੇ ਦਿੰਦੀ ਏ ਨਿਤ ਨਵੇਂ ਤਮਾਸ਼ੇ ਕਰਦੀ ਏ ਹੁਣ ਸੱਸ ਨੂੰ ਜਨਾਬ ਕੋਡ ਚੜ ਜਾਂਦੀ ਏ ਸੱਸ ਨੂੰ ਜਵਾਬ ਦਿੰਦੀ ਏ ਕਿ ਕਿਸੇ ਮੋਲ ਨਾਲ ਡਿੱਠੀ ਹੋਵੇਗੀ ਕੋਈ ਐਡੀ ਰਨ ਕੁਪੱਤੀ ਨਹੀਂ ਕਿਸੇ ਮੂਲ ਨਾ ਡਿੱਠੀ ਹੋਵੇਗੀ ਕੋਈ ਐਡੀ ਰੰਗ ਪੱਤੀ ਨਹੀਂ ਕਿਉਂ ਸਪਣੀ ਨੂੰ ਮੂ ਲਾਇਆ ਨਹੀਂ ਮੈਂ ਤਤੀ ਤਤ ਪੜਤੀ ਨਹੀਂ ਘਰ ਮੇਰੇ ਪਟੋਲਾ ਆਇਆ ਸੀ ਕਿ ਤੋਪ ਦਾ ਗੋਲਾ ਆਇਆ ਸੀ ਸੜ ਗਏ ਨਸੀਬ ਨਮਾਣੀ ਦੇ ਜਦੋਂ ਇਸ ਦਾ ਡੋਲਾ ਆਇਆ ਸੀ ਜਦ ਸ਼ਾਮੀ ਬਾਬੂ ਆਵੇਗਾ ਜਾਂ ਅੱਖਸ ਵਿੱਚ ਅੱਗੇ ਰੋਵੇਗੀ ਹੁਣ ਸਾਰਾ ਲੋਕ ਅਸਾਂਦੀ ਏ ਮੁੰਨ ਰੋ ਕੇ ਸੱਚੀ ਹੋਵੇਗੀ ਉਹ ਇੱਦੇ ਪਾਣੇ ਇੰਜੇ ਹੀ ਏ ਜਿਵੇਂ ਖਿਡੋਣਾ ਮਿੱਟੀ ਦਾ ਕੋਈ ਇਹ ਉਜਾੜਾ ਪਾਇਆ ਏ ਕੋਈ ਨਖਰ ਮਾਪਿਓ ਪਿੱਟੀ ਦਾ ਇਹ ਸਾਰੀ ਲੜਾਈ ਹੋ ਰਹੀ ਹੰਦੀ ਤੇ ਸੋਹਰਾ ਸਾਈਡ ਤੇ ਬਹਿ ਕੇ ਵੇਦਾ ਪਿਆ ਹੁੰਦਾ ਤੇ ਉਹ ਅੱਗੇ ਵਿਚਾਰਾ ਆਂਦਾ ਨਹੀਂ ਦੂਰੋਂ ਹੀ ਕਹਿੰਦਾ ਕਿ ਨਹੀਂ ਅੜਿਓ ਨਹੀਂ ਨਹੀਂ ਅੜਿਓ ਨਹੀਂ ਨਾ ਲੜਿਓ ਨਹੀਂ ਨਾ ਲੜਿਓ ਨਹੀਂ ਲੜ ਪਈਆਂ ਜੇ ਲੜ ਪਈਆਂ ਜੇ ਕੋਈ ਫੜਿਓ ਨਹੀਂ ਕੋਈ ਫੜਿਓ ਨਹੀਂ ਥੋੜੀ ਦੇਰ ਤੋਂ ਬਾਅਦ ਜਨਾਬ ਦੁਲਾ ਸਾਹਿਬ ਦੁਲੇ ਮੀਆਂ ਘਰ ਆ ਜਾਂਦੇ ਨੇ ਤੇ ਉਹ ਆ ਕੇ ਕਹਿੰਦੇ ਨੇ ਕਿ ਕਿਆ ਪਿੱਟ ਸਿਆਪਾ ਪੈਂਦਾ ਏ ਨਿਤ ਖਲਕਤ ਇਕੱਠੀ ਹੁੰਦੀ ਏ ਕਿ ਆ ਪਿੱਟ ਸਿਆਪਾ ਪੈਂਦਾ ਏ ਨਿਤ ਖਲਕਤ ਇਕੱਠੀ ਹੁੰਦੀ ਏ ਕੀ ਬਣਿਆ ਵਸਦੇ ਚੁਗੇ ਨੂੰ ਇੱਕ ਪਿੱਟਦੀ ਏ ਇੱਕ ਰੁੰਦੀ ਏ ਮੈਂ ਥੱਕਾ ਟੁੱਟਾ ਘਰ ਆਇਆ ਘਰ ਉਹੋ ਇਟ ਖੜਕਾ ਏ ਇੱਥੇ ਜਿਹੜਾ ਜ਼ਿੱਦੇ ਚੜਿਆ ਏ ਉਹ ਆਪਣੀ ਜ਼ਿੱਦ ਦਾ ਪੱਕਾ ਏ ਇਸ ਨਿਤ ਦੀ ਖੁਰਬਾ ਖੁਰਬੀ ਨੇ ਕਈ ਸਬਨਾ ਦੀ ਮਤ ਮਾਰੀ ਏ ਜਿਹੜੀ ਪਰਸੂ ਸੀ ਜਿਹੜੀ ਕੱਲ ਵੀ ਏ ਅੱਜ ਉਹੋ ਪੰਡੀ ਖਾਰੀ ਏ ਇਸ ਮੱਲੇ ਦੇ ਵਿੱਚ ਡਿੱਠਾ ਜੇ ਕਦੀ ਇਸ ਤਰ੍ਹਾਂ ਪੜ ਪੈਂਦੇ ਨੇ ਇਸ ਮੱਲੇ ਦੇ ਵਿੱਚ ਡਿੱਠਾ ਜੇ ਕਦੀ ਇਸ ਤਰ੍ਹਾਂ ਪੜ ਪੈਂਦੇ ਨੇ ਇੱਥੇ ਹੋਰ ਵੀ ਲੋਕੀ ਵਸਦੇ ਨੇ ਇੱਥੇ ਹੋਰ ਵੀ ਲੋਕੀ ਰਹਿੰਦੇ ਨੇ ਹੁਣ ਜਿਸ ਵਕਤ ਮੀਆਂ ਆ ਕੇ ਸਾਈਡ ਲੰਦਾ بیوی ਦੀ ਤੇ بیوی ਛੜੀ ਹੋ ਜਾਂਦੀ ਜਨਾਬ ਤੇ ਉਹ ਹੁਣ ਨੂੰ ਕਹਿੰਦੀ ਏ ਕਿ ਮੈਂ ਇਸ ਕੁਪਤੀ ਸਸੂ ਦੇ ਝਗੜੇ ਤੋਂ ਡਾਢੀ ਅੱਕੀ ਆ ਨਹੀਂ ਮੁੜਦੀ ਗੱਲ ਵਧਾਣੇ ਤੋਂ ਮੈਂ ਤਰਲੇ ਲੈ ਲੈ ਥੱਕੀ ਆ ਕੋਈ ਚੋਬਾਂ ਕਦ ਤੱਕ ਜਰਦਾ ਏ ਕੋਈ ਸੂਹਾ ਕਦ ਤੱਕ ਸਹੰਦਾ ਏ ਮੇਰਾ ਇੱਥੇ ਹੁਣ ਗੁਜ਼ਾਰਾ ਨਹੀਂ ਏ ਵੇੜਾ ਵੱਢਣ ਪੈਂਦਾ ਏ ਸਾਹ ਸੁਖ ਦਾ ਇੱਥੇ ਆਉਂਦਾ ਨਹੀਂ ਕਿਸੇ ਵੱਡੇ ਨੂੰ ਨਾ ਨਿੱਕੇ ਨੂੰ ਸਾਹ ਸੁਖ ਦਾ ਇੱਥੇ ਆਉਂਦਾ ਨਹੀਂ ਕਿਸੇ ਵੱਡੇ ਨੂੰ ਨਾ ਨਿੱਕੇ ਨੂੰ ਮੈਂ ਆਪ ਹੀ ਪੇਕੇ ਜਾਂਦੀ ਆਂ ਸਾਹ ਆਪਣੇ ਸੁਜਣ ਟਿੱਕੇ ਨੂੰ ਖੁਦਾ ਹਾਫਿਜ਼